ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਸਭ ਠੀਕ ਠਾਕ ਹੋ ਮੈਂ ਜਤਿੰਦਰ ਸਿੰਘ ਖਹਿਰਾ ਤੁਸੀਂ ਦੇਖਦੇ ਪਏ ਹੋ ਯੋਰ ਤੋਂ ਪੰਜਾਬੀ ਚੈਨਲ ਜੇ ਕਿਸ ਨੇ ਚੈਨਲ ਸਬਸਕ੍ਰਾਈਬ ਅਜੇ ਤੱਕ ਨਹੀਂ ਕੀਤਾ ਤਾਂ ਪਲੀਜ਼ ਇਸ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਮੈਂਟ ਜਰੂਰ ਕਰਿਓ ਤੇ ਆਪਾਂ ਅੱਜ ਫਿਰ ਹਮੇਸ਼ਿਆ ਦੀ ਤਰ੍ਹਾਂ ਲੈ ਕੇ ਆਏ ਆ ਪੰਜਾਬੀ ਤੋਂ ਇਟਾਲੀਅਨ ਜਾਂ ਇਟਾਲੀਅਨ ਤੋਂ ਪੰਜਾਬੀ ਤੇ YouTube ਤੇ ਸਰਚ ਕਰ ਸਕਦੇ ਜੇ ਇਟਾਲੀਅਨ ਸਿੱਖੋ ਇਨ ਪੰਜਾਬੀ ਜਾਂ ਇਟਾਲੀਅਨ ਇਨ ਪੰਜਾਬੀ ਤੇ ਅੱਜ ਆਪਾਂ ਗੱਲ ਕਰਾਂਗੇ ਭਾਗ ਨੰਬਰ 16 ਦੀ ਜਿਦੇ ਵਿੱਚ ਰਸੋਈ ਦੇ ਵਿੱਚ ਕਿਹੜਾ ਕਿਹੜਾ ਸਮਾਨ ਆਪਣਾ ਵਰਤੋਂ ਵਿੱਚ ਆਉਂਦਾ ਹੈ ਉਹਨਾਂ ਦਾ ਕੀ ਕੀ ਨਾਮ ਹੈ ਠੀਕ ਹੈ ਜੀ ਤੇ ਆ ਮੈਂ ਕੋਸ਼ਿਸ਼ ਕਿ ਜਿੱਦਾਂ ਤੁਹਾਨੂੰ ਚੀਜ਼ਾਂ ਦਿਖਾਵਾਂਗਾ ਪਹਿਲਾਂ ਫਿਰ ਆਪਾਂ ਗੱਲ ਕਰਦੇ ਆ ਇਹਦੇ ਵਿੱਚ ਜਿੱਦਾਂ ਸਾਰੀਆਂ ਚੀਜ਼ਾਂ ਜੋ ਆਪਣੀਆਂ ਥੋੜੀਆਂ ਚੇਂਜ ਹੈ ਜਿੱਦਾਂ ਥੋੜੀਆਂ ਜਿ ਜਿੱਦਾਂ ਕਹਿ ਸਕਦੇ ਆ ਵੀ ਆਪਣੇ ਤੋਂ ਥੋੜੀਆਂ ਬੱਖਰੀਆਂ ਚੀਜ਼ਾਂ ਬਟ ਇਹ ਜਿੱਦਾਂ ਲੋਡ ਪੈਂਦੀ ਹੈ ਇਹਨਾਂ ਦੀਵੇਂ ਸ਼ ਹੈ ਠੀਕ ਹੈ ਜੀ ਇਸ ਕਰਕੇ ਜਿੱਦਾਂ ਤੁਸੀਂ ਵੇਖ ਲਓ ਇੱਕ ਵਾਰ ਤੇ ਫਿਰ ਆਪਾਂ ਵੀਡੀਓ ਜਿਹੜੀ ਸਟਾਰਟ ਕਰਦੇ ਆ ਠੀਕ ਹੈ ਆ ਜਿਹੜੀ ਮਸ਼ੀਨ ਹੈ ਜਿੱਦਾਂ ਕਫੇ ਬਣਾਉਣ ਵਾਲੀ ਜਿੱਦਾਂ ਆਪਣੀ ਚਾਹ ਵਾਲੀ ਜਿੱਦਾਂ ਹੁੰਦੀ ਨਾ ਇਹ ਕਫੇ ਬਣਾਉਣ ਵਾਲੀ ਹੁੰਦੀ ਜਿੱਦਾਂ ਇਹਦੇ ਅੰਦਰ ਕਫੇ ਬੰਦੇ ਨੇ ਠੀਕ ਹੈ ਜੀ ਇਹਨੂੰ ਕਫੇ ਤੇਰੀਆ ਕਹਿੰਦੇ ਨੇ ਤੇ ਚਲੋ ਸਟਾਰਟ ਕਰਦੇ ਹਾਂ ਨੰਬਰ 1 ਤੇ ਰਸੋਈ ਵਿੱਚ ਵਰਤੇ ਜਾਣ ਵਾਲਾ ਸਮਾਨ ਉਹਨੂੰ ਕਹਿੰਦੇ ਉਹ ਟੈਂਸਿਲੀ ਉਹ ਟੈਂਸਿਲੀ ਪਰ ਕੁਸ਼inare ਠੀਕ ਹੈ ਜੀ ਆਪਾਂ ਰੋਬਾ ਵੀ ਕਹਿ ਸਕਦੇ ਹਾਂ ਜੇ ਆਪਾਂ ਥੋੜਾ ਮੋਟੀ ਭਾਸ਼ਾ ਜੀ ਕਹਿੰਣਾ ਦੇਸੀ ਭਾਸ਼ਾ ਜੀ ਨੂੰ ਆਪ ਕਹਿ ਸਕਦੇ ਹਾਂ ਰੋਬਾ ਵੀ ਕਹ ਸਕਦਾ ਰੋਬਾ ਪਰ ਕੁਸ਼inare ਪਰ ਜੇ ਉਤੈਂਸਿਲੀ ਉਤੈਂਸਿਲੀ ਜਿੰਨਾ ਵੀ ਇੱਕ ਮੇਨ ਸ਼ਬਦ ਹੈ ਇਹਨਾਂ ਦਾ ਤੇ ਸਮਾਨ ਕਹਿ ਸਕਦੇ ਜਿੱਦਾਂ ਉਤੈਂਸਿਲੀ ਕਹਿੰਦੇ ਉਹ ਤੈਂਸਿਲੀ ਫਿਰ ਕੁਛੀ ਨਾਰੇ ਉਤੈਂਸਿਲੀ ਫਿਰ ਇਹ ਪਰ ਪਰਾਰੇ ਪਰ ਟਲਿਆਰੇ ਏਰਬਾ ਪਰ ਜਾਨੀ ਕਿ ਕੋਈ ਆਪਾਂ ਕੰਮ ਕਰਨਾ ਉਹਦੇ ਵਾਸਤੇ ਸਮਾਨ ਉਹਨਾਂ ਨੂੰ ਉਤੈਂਸਿਲੀ ਕਹਿੰਦੇ ਠੀਕ ਹੈ ਜੀ ਉਤੈਂਸਿਲੀ ਫਿਰ ਕੁਛੀ ਨਾਰੇ ਚਲੋ ਅੱਗੇ ਆ ਗਿਆ ਪਾਨੇ ਕੱਟਣ ਲਈ ਚਾਕੂ ਹੁੰਦਾ ਹੈ ਇੱਕ ਪਾਨੇ ਜਿਹੜੀ ਉਹਦੀ ਤੁਹਾਨੂੰ ਬਸ ਇੱਕ ਅੱਧੇ ਦਿਨ ਤੱਕ ਵੀਡੀਓ ਤੁਹਾਡੇ ਮੂਰੇ ਲੈ ਕੇ ਆਵਾਂਗੇ ਤਿਆਰ ਹੋਈ ਜਾ ਵੀਡੀਓ ਬਸ ਉਹਦੇ ਵਿੱਚ ਪੰਜਾਬੀ ਦੇ ਵਿੱਚ ਦੱਸਣਾ ਇੱਕ ਟਰਾਂਸਲੇਟ ਕਰਨ ਵਾਲੀ ਰਹਿ ਗਈ ਹੈ ਉਹ ਵੀ ਤੁਹਾਡੇ ਕੋਲ ਛੇਤੀ ਲੈ ਕੇ ਆਵਾਂਗਾ ਪਾਨੇ ਘਰੇ ਵੀ ਬਣ ਜਾਂਦੇ ਨੇ ਤੇ ਖਰੀਦ ਵੀ ਲਈਦੇ ਨੇ ਤੇ ਪਾਨੇ ਨਾਲ ਦੀ ਜਿਹੜੀ ਆ ਆਪਣੀ ਰੋਟੀ ਆ ਠੀਕ ਹੈ ਜਿੱਦਾਂ ਆਪਾਂ ਰੋਟੀ ਬਕਾਉਂਦੇ ਆ ਇਹ ਪਾਨੇ ਬਣਾਉਂਦੇ ਨੇ ਠੀਕ ਆ ਇਹਨਾਂ ਦੀ ਡੇਲੀ ਜਿਹੜੇ ਪਾਨੇ ਪੱਕੇ ਹੁੰਦੇ ਨੇ ਯਾਨੀ ਇਹਨਾਂ ਖਾਣੇ ਹੁੰਦੇ ਨੇ ਪਾਨੇ ਰੱਖਣੇ ਹੁੰਦੇ ਨੇ ਕੋਈ ਖਾਵੇ ਜਾਂ ਨਾ ਖਾਵੇ ਤੇ ਉਹਦੇ ਵਾਸਤੇ ਜਿਹੜੀ ਆ ਚਾਕੂ ਆ ਜਾਂ ਕਰਦਿਆ ਉਹ ਆ ਜਿੱਦਾਂ ਉਹਨੂੰ ਕਹਿੰਦੇ ਨੇ ਕੋਲ ਤੇਲੋ ਫਿਰ ਤਲਿਆਰੇ ਪਾਨੇ ਠੀਕ ਹੈ ਜੀ ਅੱਗੇ ਆ ਚਾਕੂ ਤਿੱਖਾ ਕਰਨ ਲਈ ਜਿੱਦਾਂ ਇੱਕ ਹੁੰਦੀ ਆ ਰੇਤੀ ਜੀ ਛੋਟੀ ਜੀ ਹੁੰਦੀ ਆ ਤੇ ਉਹਨੂੰ ਕਹਿੰਦੇ ਨੇ ਅਫੀਲਾ ਕੋਲ ਤੇਲੋ ਠੀਕ ਹੈ ਜੀ ਜਿੱਦਾਂ ਕੋਈ ਚੀਜ਼ ਤਿੱਖੀ ਕਰਨ ਵਾਸਤੇ ਅਫੀਲਾ ਕੋਲ ਤੇਲੋ ਅੱਗੇ ਆ ਸ਼ਾਨਣੀ 스포마롤아 ਠੀਕ ਹੈ ਜੀ ਇਹ ਬਿੱਲੀ ਕਾਸ਼ ਜਿਹਨੂੰ ਆਪਾਂ ਕੋਈ ਆਪਾਂ ਮੂਲੀ ਕਾਸ਼ ਕਰ ਦਿੰਦੇ ਆ ਬਿੱਲੀ ਕਾਸ਼ ਆਪਾਂ ਕਹਿੰਦੇ ਆ ਪੰਜਾਬੀ ਦੇ ਵਿੱਚ ਉਹਨੂੰ ਕਹਿੰਦੇ ਨੇ ਗ੍ਰੈਟੂਇਜਾ ਗ੍ਰੈਟੂਜਾ ਗ੍ਰੈਟੂਇਜਾ ਸੌਰੀ ਮੈਸਨ ਇਹ ਮੈਨੂੰ ਨਾਲ ਲੱਗਦਾ ਆਈ ਨਹੀਂ ਵਿੱਚ ਪਿਆ ਜੂ ਦੇ ਮਰੇ ਗ੍ਰੈਟੂਇਜਾ ਕਹਿੰਦੇ ਨੇ ਉਹ ਤਾਂ ਚਾਹ ਪੂਣੀ ਫਿਲਟਰੀ ਨੋ ਗੈਸ ਚੁੱਲੇ ਫੋਰਨੈਲੀ ਕਾਫੇ ਬਣਾਉਣ ਵਾਲੀ ਮਸ਼ੀਨ ਉਹ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਹਾਂ ਠੀਕ ਹੈ ਜੀ ਉਹ ਹੈ ਅੱਗੇ ਆ ਗਿਆ ਭਾਂਡੇ ਧੋਣ ਵਾਲੀ ਮਸ਼ੀਨ ਇੱਥੇ ਇੱਥੇ ਭਾਂਡੇ ਧੋਣ ਵਾਲੀ ਆਪਣੇ ਇੰਡੀਆ ਵੀ ਹੁਣ ਅੱਜ ਕੱਲ੍ਹ ਲੱਗਣ ਲੀਆਂ ਤੇ ਇੱਥੇ ਉਹਨੂੰ ਕਹਿ ਦਿੰਦੇ ਨੇ ਲਾਵਾਸਟੋਵਿਲੀਏ ਲਾਵਾਸਟੋਵਿਲੀਏ ਅੱਗੇ ਆ ਗਿਆ ਪੱਠੀ ਫੋਰਨੋ ਇਦੋਂ ਇਹ ਪੱਟੀਆਂ ਜਿਹੜੀਆਂ ਵਾ 2-3 ਅੰਜ ਦਾ ਇੱਕ ਪੱਟੀ ਜਿਹੜੀ ਆ ਉਹ ਇਲੈਕਟ੍ਰੀਸ਼ੀਅਨ ਵਾਲੀ ਹੁੰਦੀ ਯਾਨੀ ਕਿ ਬਿਜਲੀ ਵਾਲੀ ਜਿਹਨੂੰ ਆਪਾਂ ਕਹਿ ਸਕਦੇ ਆ ਇੱਥੇ ਕਹਿੰਦੇ ਨੇ ਫੋਰਨੋ ਦੀ ਇਲੈਟ੍ਰੀਕੋ ਇਲੈਟ੍ਰੀਕੋ ਠੀਕ ਹੈ ਜੀ ਤੇ ਫੋਰਨੋ ਦੀ ਲੇਨੀਓ ਜਾਂ ਫੁਰਨੋ ਪਿਰਲੇਨੀਓ ਕਹਸਦੇ ਨੇ ਦੀ ਲੇਨੀਓ ਅੱਗੇ ਆ ਗਿਆ ਫੋਰਨੋ ਦੀ ਗੈਸ ਗੈਸ ਵਾਲੀ ਵੀ ਹੁੰਦੀ ਆ ਠੀਕ ਹੈ ਗੈਸ ਤੇ ਵੀ ਚੱਲਦੀ ਆ ਬਿਜਲੀ ਤੇ ਵੀ ਚੱਲਦੀ ਆ ਤੇ ਜਿੱਦਾਂ ਆਪਣੇ ਲੱਕੜਾਂ ਦੇ ਵੀ ਚੱਲਦੀਆਂ ਨੇ ਠੀਕ ਹੈ ਜੀ ਤਿੰਨ ਤਰ੍ਹਾਂ ਦੀਆਂ ਪੱਟੀਆਂ ਨੇ ਇੱਥੇ ਆਪਣੇ ਇੰਡੀਆ ਵੀ ਹੋ ਸਕਦਾ ਹੋਣ ਜਦਾਂ ਤੇ ਅੱਗੇ ਆ ਗਿਆ ਜਦਾਂ ਆਪਰਨ ਗ੍ਰਾਮ ਬਿਊਲੇ ਆਪਰਨ ਜਿਹੜਾ ਆਪਾਂ ਜਦੋਂ ਇਹ ਕਹਿ ਸਕਦੇ ਆ ਆਪਣੇ ਰੋਟੀ ਰਾਟੀ ਬਣਾਉਣੇ ਹੁੰਦੇ ਆ ਆਪਾਂ ਮੂਰੇ ਮੰਨ ਲੈਂਦੇ ਹੁੰਨੇ ਆ ਕਵਰ ਉਹਨੂੰ ਇਦਾਂ ਗ੍ਰਾਮ ਬਿਊਲੇ ਕਹਿੰਦੇ ਨੇ ਗ੍ਰਾਮ ਬਿਊਲੇ ਅੱਗੇ ਆ ਗਿਆ ਸਕਰਬਰ ਸਕਰਬਰ ਜਿਹੜਾ ਆਪਣਾ ਭਾਂਡੇ ਸਾਫ਼ ਕਰਨ ਵਾਸਤੇ ਸਪੂਨੀਆਂ ਬਰਤਨ ਸਾਫ ਕਰਨ ਵਾਲਾ ਸਾਬਣ ਜਾਂ ਸਾਬਣ ਜਾਂ ਸ਼ੈਂਪੂ ਕੁਛ ਵੀ ਉਹਨੂੰ ਕਹਿੰਦੇ ਨੇ ਸਾਬਪੋਨੇ ਠੀਕ ਹੈ ਜੀ ਤੇ ਇੱਕ ਉਹ ਰੂਜੇ ਵਾਲਾ ਹੁੰਦਾ ਵਾ ਜਿਹਦੇ ਨਾਲ ਆਪਾਂ ਸਾਫ ਜਾਂ ਕਰਦੇ ਹੁੰਨੇ ਭਾਂਡਿਆਂ ਨੂੰ ਮੈਨੂੰ ਚੇਤਾ ਨਹੀਂ ਉਹਨੂੰ ਕੀ ਕਹਿੰਦੇ ਨੇ ਇੱਥੇ ਲਿਖਿਆ ਨਹੀਂ ਵੈਸੇ ਤੇ ਉਹਨੂੰ ਇਹ ਸਾਬਪੋਨੇ ਆ ਉਸ ਉਸ ਪੂਨੇ ਆ ਜਦਾ ਸਪੂਨੀਆ ਕਹਿ ਲੈਂਦੇ ਹੁਨ ਸਪੂਨੀਆ ਜਿੱਦਾਂ ਉਹ ਹੁੰਦਾ ਵਾ ਆਪਣਾ ਇਹ ਕਹਿ ਸਕਦੇ ਹਾਂ ਥੋੜਾ ਜਿਹਾ ਜਿਦਾਂ ਉਹ ਪਾਂਡੇ ਭੂਡੇ ਧੋਣ ਵਾਸਤੇ ਥੋੜਾ ਇੱਕ ਸਾਈਡ ਤੋਂ ਜਿੱਦਾਂ ਉਹ ਹੁੰਦਾ ਥੋੜਾ ਜਿਹਾ ਲੱਗਾ ਹੁੰਦਾ ਵਾ ਰਗੜਨ ਵਾਸਤੇ ਤੇ ਦੂਜੇ ਪਾਸੇ ਤੋਂ ਹੁੰਦਾ ਥੋੜਾ ਜਿਹਾ ਉਹ ਆਪਣਾ ਰੂੰ ਜਿਹਾ ਲੱਗਾ ਹੁੰਦਾ ਵਾ ਤੇ ਉਹਨੂੰ ਕਹਿੰਦੇ ਸਪੂਨੀਆ ਠੀਕ ਆ ਇਹ ਸਪੂਨੀ ਤੇ ਅੱਗੇ ਅੱਗੇ ਡਸਟਬਿਨ ਵੀ ਦੋ ਨੇ ਜੂਸਰ ਜੂਸਰ ਜਿੱਦਾਂ ਜਦੋਂ ਦੋ ਤਿੰਨ ਤਰ੍ਹਾਂ ਦੇ ਨੇ ਬਟ ਆਪਾਂ ਜੂਸਰ ਜਿੱਦਾਂ ਮੇਨ ਦਾ ਇੱਕੋ ਦੇ ਨਾਮ ਲੈਤਾ ਜਿੱਦਾਂ ਤੇ ਉਹਦੇ ਵਿੱਚ ਲਿਖਿਆ ਗਿਆ ਤਾਂ ਸਪ੍ਰੇਮੀ ਫਰੂਟਾ ਸਪ੍ਰੇਮੀ ਜਾਨੀ ਜਿੱਦਾਂ ਵਿੱਚ ਧੱਕਣਾ ਜਿੱਦਾਂ ਜਿੱਦਾਂ ਤੇ ਨਚੋੜਨਾ ਤੇ ਉਹਨੂੰ ਜਿੱਦਾਂ ਸਪ੍ਰੇਮੀ ਫਰੂਟਾ ਕਹਿੰਦਾ ਹੈ ਠੀਕ ਹੈ ਜੀ ਅੱਗੇ ਆ ਗਿਆ ਡੱਬੇ ਬਰਾਤੋਲੀ ਅੱਗੇ ਆ ਗਿਆ ਚਮਟਾ ਪਿੰਸੇ ਪਰਕੂਚੀਨਾ ਠੀਕ ਹੈ ਜੀ ਉਹਦਾ ਪਿੰਸੇ ਜਿਹੜੇ ਨਾ ਉਹ ਆਪਣੇ ਪਲਾਸ ਨੂੰ ਕਹਿ ਦਿੰਦੇ ਨੇ ਠੀਕ ਹੈ ਇਹ ਪਿੰਸੇ ਪਰ ਕੁਚੀਨਾ ਜਾਣੇ ਕੇ ਜਿੱਦਾਂ ਰਸੋਈ ਦੇ ਰਸੋਈ ਲਈ ਜਿਹੜਾ ਚਮਟਾ ਉਹਦੀ ਗੱਲ ਕਰਦੇ ਪਏ ਆ। ਇਹ ਪਿੰਸੇ ਉਹ ਵਾਲੀ ਦੀ ਨਹੀਂ ਗੱਲ ਕਰਦੇ ਜੇ ਕੱਲਾ ਪਿੰਸੇ ਆ ਤੇ ਫਿਰ ਉਹ ਜਿਹਦਾ ਪਲਾਸ ਆ ਤੇ ਜੇ ਪਿੰਸੇ ਪਰ ਕੁਚੀਨਾ ਫਿਰ ਜਿੱਦਾਂ ਵੀ ਰਸੋਈ ਲਈ ਵਰਤੇ ਜਾਣ ਵਾਲਾ ਜਿਹੜਾ ਉਹ ਚਮਟਾ ਹੁੰਦਾ ਇਹਦਾ। ਅੱਗੇ ਆ ਗਿਆ ਪਾਸਤਾ ਛਾਨਣ ਵਾਲੀ। ਇੱਕ ਜਿੱਦਾਂ ਇਹ ਕਿਤੇ ਹੁੰਦੀ ਨਾ ਆਪਣੀ ਛਾਨਣੀ ਬਰੀਕ ਜੀ ਜਿੱਦਾਂ ਉਹ ਲੋਹੇ ਜਿਹਦੀ ਹੁੰਦੀ ਹੈ ਕਿ ਜਿੱਦਾਂ ਹੋਰ ਹੁੰਦੀ ਥੋੜੀ ਪਲਾਸਟਿਕ ਜੀ ਦੀ ਹੁੰਦੀ ਹੈ ਤੇ ਉਹ ਜਿੱਦਾਂ ਡੂੰਗਾ ਜੇ ਹੁੰਦਾ ਉਹਦੇ ਵਿੱਚ ਪਾਸਤਾ ਛੋੜ ਦਿੰਦੇ ਨੇ ਪਾਣੀ ਜਿਹੜਾ ਸਾਰਾ ਥੱਲੇ ਚਲ ਜਾਂਦਾ ਤੇ ਪਾਸਤਾ ਵਿੱਚ ਰਹਿ ਜਾਂਦਾ ਠੀਕ ਹੈ ਉਹਨੂੰ ਕਹਿੰਦੇ ਨੇ ਕੋਲਾ ਪਾਸਤਾ ਆ ਦੇਖ ਲਓ ਪਾਸਤਾ ਲਿਖਿਆ ਨਾਲ ਸਪੈਸ਼ਲ ਕੋਲਾ ਪਾਸਤਾ ਧਰਾਜ ਧਰਾਜ ਯਾਨੀ ਕਿ ਆਪਣੇ ਆਮ ਹੀ ਅੱਜ ਕੱਲ ਰਸੋਈਆਂ ਦੇ ਵਿੱਚ ਲੱਗਦੇ ਨੇ ਜਿਦਾਂ ਉਹ ਐਪਲਾਈ ਦੇ ਲੱਕੜ ਦੇ ਕੁਝ ਵੀ ਉਹ ਜਿਹੜੇ ਕਾਰਪੈਂਟਰ ਲਾਉਂਦੇ ਨੇ ਰਸੋਈ ਦੇ ਵਿੱਚ ਤੇ ਉਹਨੂੰ ਕਹਿੰਦੇ ਨੇ ਮੋਬੀਲੇ ਲੂੰਬੀ ਕਾ ਲੂੰਬੀ ਦੇ ਵਿੱਚ ਉਹਦੀ ਤੂੰ ਆ ਨਿਕਲਦਾ ਹੁੰਦਾ ਆਪਣਾ ਜਦੋਂ ਆਪਾਂ ਕੋਈ ਸਮਾਨ ਬਣਾਇਆ ਜਿੱਦਾਂ ਇਹ ਕੋਈ ਵਾਰ ਆਪਣਾ ਰਸੋਈ 'ਚ ਰਹਿੰਦਾ ਨਾ ਜੇ ਆਪਾਂ ਕੋਈ ਖਿੜਕੀ ਨਹੀਂ ਖੋਲਦੇ ਜਾਂ ਕੁਛ ਆਪਣੇ ਕੋ ਨਹੀਂ ਹੈਗਾ ਜਿੱਦਾਂ ਵੈਂਟੀਲੇਟਰ ਨਹੀਂ ਲੱਗਾ ਜਾਂ ਨਹੀਂ ਕੋਈ ਪੱਖਾ-ਪੁੱਖਾ ਨਹੀਂ ਕੋਈ ਹੈਗਾ ਤੇ ਉਹ ਜਿੱਦਾਂ ਉਹ ਜਿੱਦਾਂ ਖੇਚਦਾ ਨਹੀਂ ਫਿਰ ਉਹ ਘਰੇ ਰਹਿੰਦਾ ਇਸ ਕਰਕੇ ਸਪੈਸ਼ਲ ਲਗਾਉਂਦੇ ਨੇ ਤੂੰ ਉਹਨੂੰ ਕਹਿੰਦੇ ਨੇ ਕਾਪਾ ਲੂੰਬੀ ਨੂੰ microwaves ਮਾਈਕਰੋ ਆਂਦੇ ਜਿਹਦੇ ਵਿੱਚ ਆਪਾਂ ਗਰਮ ਕਰ ਸਕਦੇ ਹਾਂ ਇੱਕ ਦੋ ਮਿੰਟ ਲਗਾ ਕੇ ਕੋਈ ਕਾਪੇ ਇੱਕ ਦੁੱਧ ਦਾ ਵਾ ਜਾਂ ਆਪਣਾ ਕੋਈ ਚਾਹ ਵਾ ਜਾਂ ਆਪਾਂ ਕੋਈ ਸਬਜ਼ੀ ਗਰਮ ਕਰਨੀ ਉਹਦੇ ਵਾਸਤੇ ਤਾਂ ਮਿਕਰੋਂ ਦੇ ਪੋਨੇ ਸਟੋਫਾ ਤੇ ਸਟ੍ਰੋਫినాਚੋ ਠੀਕ ਹੈ ਜੀ ਇਹ ਦੋ ਦੋ ਨਾਮ ਆ ਬਟ ਤੁਸੀਂ ਜੇ ਸਟੋਫਾ ਵਗੈਰਾ ਦੋਗੇ ਕੋਈ ਟੈਨਸ਼ਨ ਨਹੀਂ ਬਿਲਕੁਲ ਚੱਲੂਗਾ ਇਹਦਾ ਚੱਲੂਗਾ ਨਹੀਂ ਭੱਜੂਗਾ ਜੀ ਅੱਗੇ ਆ ਗਿਆ ਲਾਈਟਰ ਅਚੰਦੀਨੋ ਪਤੀਲਾ ਪੈਂਤੋਲਾ ਟੱਕਣ ਕੋ ਪੇਰਕਿਓ ਟੂਟੀ ਰੂਬੀਨੇਟੋ ਸ਼ਿੰਖ ਲਵੰਦੀਨੋ ਸਬਜੀ ਕੱਟਣ ਵਾਲਾ ਤਲਿਆਰੇ ਤਲਿਆਰੇ ਫਿਰ ਜਿੱਦਾਂ ਉਹ ਹੁੰਦਾ ਨਹੀਂ ਉਹ ਤਲਿਆਰੇ ਉਸਰੇ ਤਾਲੀਏਰੇ ਤਾਲੀਏਰੇ ਤਲਿਆਰੇ ਮਤਲਬ ਕੱਟਣਾ ਹੁੰਦਾ ਵਾ ਤਾਲੀਏਰੇ ਜਿੱਦਾਂ ਸਬਜੀ ਕੱਟਣ ਵਾਲਾ ਆ ਆਪਾਂ نیچے ਰੱਖ ਲੈਨੇ ਹੁੰਨੇ ਲੱਕੜ ਜੀ ਹੁੰਦੀ ਜਿੱਦਾਂ ਫੱਟੀ ਜਿੱਦਾਂ ਉਹਨੂੰ ਤਲੀਏਰੇ ਕਹਿੰਦੇ ਤਾਲੀਏਰੇ ਕਿ ਉਹਦੇ ਉੱਪਰ ਆਪਾਂ ਕੱਟਣੀ ਕੋਈ ਚੀਜ਼ ਫ੍ਰਿਜ ਫ੍ਰੀਗੋਰੀ ਫੇਰੋ ਫ੍ਰੀਜ਼ਰ ਫ੍ਰੀਜ਼ਰ ਆਲੂ ਚਲਣੀ ਪੈਲ ਪਹਿਲਾ ਪਤਾਤੇ ਠੀਕ ਹੈ ਜੀ ਪਹਿਲਾ ਪਤਾਤੇ ਚਲੋ ਇਹ ਤੇ ਸੀਗੇ ਤੇ ਆਹ ਰਹਿ ਗਿਆ ਆਪਣਾ ਲਾਸਟ ਇੱਕ ਅੱਗੇ ਰਹਿ ਗਿਆ ਘਮਾਉਣ ਵਾਲਾ ਫਰੂਸਤਾ ਘਮਾਉਣ ਵਾਲਾ ਜਿੱਦਾਂ ਤੁਹਾਨੂੰ ਦਿਖਾਉਣਾ ਮੈਂ ਕੀ ਹੈ ਜਿੱਦਾਂ ਇਹ ਮੈਂ ਸਪੈਸ਼ਲ ਜਿੱਦਾਂ ਇਸ ਚੀਜ਼ ਵਾਸਤੇ ਰੱਖਿਆ ਵਾ ਇਹ ਜਿਹੜਾ ਹੈ ਆਪਣਾ ਉੱਪਰੋਂ ਦੇਖੋ ਉੱਪਰੋਂ 6ਵੇਂ ਨੰਬਰ ਵਾਲਾ ਖੱਬੇ ਪਾਸੇ 6ਵੇਂ ਨੰਬਰ ਵਾਲਾ ਗੋਲ ਜਿਆ ਤਾਰਾਂੀਆਂ ਲੱਗੀਆਂ ਉਹ ਵਾਲਾ ਉਹਨੂੰ ਕਹਿੰਦੇ ਨੇ ਫਰੂਸਤਾ ਇੱਥੇ ਠੀਕ ਹੈ ਜੀ ਇਹ ਜਦੋਂ ਆਪਾਂ ਕੋਈ ਆ ਅੰਡੇ ਆਂਡਾ ਘਮਾਉਣਾ ਹੋਵੇ ਜਾਂ ਕੋਈ ਚੀਜ਼ ਜਦੋਂ ਮਿਕਸ ਕਰਨੀ ਹੋਵੇ ਤੇ ਜਾਂ ਆਪਣੇ ਜਿੱਦਾਂ ਵਿਧਾਨੀ ਜੀ ਨੇ ਕਹਿੰਦੇ ਉਦਾਂ ਜਿੱਦਾਂ ਵੀ ਉਹਦੇ ਥਾਂ ਦੇ ਵਰਤਦੇ ਨੇ ਠੀਕ ਹੈ ਉਹਨੂੰ ਕਹਿੰਦੇ ਨੇ ਫਰੂਸਤਾ ਇਹ ਚਾਹ ਪੋਣੀ ਫਿਲਟਰੀਨੋ ਗੈਸ ਚੁੱਲੇ ਫੋਰਨੈਲੀ ਵੇਲਣਾ ਮਾਤਾ ਰੈਲੋ ਵੇਲਣਾ ਮਾਤਾ ਰੈਲੋ ਇਹ ਤਵਾ ਪਦੈਲਾ કડਚੀ ਮੈਸ ਤੋਲੋ ਮੈਸ ਤੋਲੋ ਵੱਡਾ ਚਮਚ ਕੁਕੀ ਆਈਓ ਠੀਕ ਹੈ ਵੱਡਾ ਚਮਚ ਮਤਲਬ ਕਿ ਕੜਚੀ ਨੂੰ ਕਹਿ ਸਕਦੇ ਆ ਕੜਚੀ ਵੀ ਕਹਿ ਸਕਦੇ ਜਾਂ ਥੋੜਾ ਜਿਹਾ ਹੁੰਦਾ ਵੱਡਾ ਇਹਦਾ ਚਮਚਾ ਜਿਹਾ ਉਹ ਬਾਕੀ ਜਿਹੜੇ ਪਤੀਲੇ ਆ ਨਾ ਤੁਹਾਨੂੰ ਮੈਂ ਫੋਟੋ ਵਿਖਾ ਰਿਆ ਜਿਹੜੀ ਇਹ ਪਤੀਲੇ ਜਿੱਦਾਂ ਆਪਾਂ ਡਿਪੈਂਡ ਕਰਦਾ ਏ ਕਿ ਆਪਾਂ ਕਿੱਡਾ ਲੈਣਾ ਹੈ ਉਹ ਲੀਟਰ ਤੇ ਡਿਪੈਂਡ ਕਰਦਾ ਏ ਵੀ ਆਪਣਾ ਕਿੰਨੇ ਲੀਟਰ ਵਾਲਾ ਚਾਹੀਦਾ 2 ਲੀਟਰ ਵਾਲਾ 3 ਲੀਟਰ ਵਾਲਾ 4 ਲੀਟਰ ਦਾ ਜੋ ਠੀਕ ਹੈ ਥੱਲੇ ਆ ਸਭ ਤੋਂ ਨੀਚੇ ਵਾਲੇ ਜਿਹੜੇ ਇਹ ਆਪਣੀਆਂ ਕੜਾਈਆਂ ਹੁੰਦੀਆਂ ਵੈਸੇ ਠੀਕ ਹੈ ਜਿਹੜਾ ਮੈਂ ਤੁਹਾਨੂੰ ਦੱਸਿਆ ਵਾ ਇਹ ਪਦੈਲਾ ਤੇ ਉਹਨੂੰ ਜਿਹੜਾ ਤਵਾ ਵੀ ਕਹਿ ਸਕਦੇ ਕੜਾਈ ਵੀ ਕਹਿ ਸਕਦੇ ਜੇ ਡੂੰਗੀ ਲੈਣੀ ਆ ਤੇ ਉਹਨੂੰ ਫੌਂਦੋ ਪਦੈਲਾ ਕਾ ਸਕਦੇ ਆ ਜਾਂ ਪਦੈਲਾ ਫੌਂਦੋ ਤੇ ਜੇ ਕੋਈ ਜਦਾਂ ਆਪਾਂ ਤਵਾ ਜਾਂ ਲੈਣਾ ਵਾ ਤੇ ਫਿਰ ਪਦੈਲਾ ਪਿਆਨੋ ਕਾ ਸਕਦੇ ਆ ਠੀਕ ਹੈ ਜੀ ਲਾਰਗੋ ਵੀ ਕਾ ਸਕਦੇ ਤੁਸੀਂ ਕੋਈ ਟੈਨਸ਼ਨ ਨਹੀਂ ਤੇ ਇਹ ਸੀ ਜੀ ਦਾ ਆਪਣੀਆਂ ਜਿੱਦਾਂ ਵੀਡੀਓ ਬਹੁਤ ਲੰਮੀ ਹੋ ਗਈ ਆ ਤੇ ਇਹ ਸੀ ਜੀ ਆਪਣੀਆਂ ਅੱਜ ਦੀਆਂ ਵੀਡੀਓ ਅੱਜ ਦੀ ਵੀਡੀਓ ਜਿਹੜੀ ਜਿਹਦੇ ਵਿੱਚ ਆਪਾਂ ਦੱਸਿਆ ਤੁਹਾਨੂੰ ਕਿ ਰਸੋਈ ਦੇ ਵਿੱਚ ਵਰਤਣ ਵਾਲਾ ਸਮਾਨ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਸਾਨੂੰ ਦੱਸਿਓ ਤੇ ਲਾਈਕ ਕਮੈਂਟ ਜਰੂਰ ਕਰਿਓ ਤੇ ਸਾਨੂੰ ਦੱਸਿਓ ਤੁਹਾਨੂੰ ਹੋਰ ਕਿੱਦਾਂ ਦੀਆਂ ਵੀਡੀਓ ਜਿਹੜੀਆਂ ਤੁਹਾਡੀ ਜ਼ਿੰਦਗੀ ਦੇ ਵਿੱਚ ਜ਼ਰੂਰਤ ਵਾਸਤੇ ਤੁਹਾਨੂੰ ਜਿੱਦਾਂ ਵੀ ਕੋਈ ਲੋੜ ਹੋਵੇ ਵੀ ਸਾਨੂੰ ਆਹ ਵਾਲੀ ਸਪੈਸ਼ਲ ਵੀਡੀਓ ਚਾਹੀਦੀ ਤੇ ਉਹ ਅਸੀਂ ਤੁਹਾਡੇ ਮੂਰੇ ਲੈ ਕੇ ਆਵਾਂਗੇ ਬਾਕੀ ਅਸੀਂ ਆਸ ਕਰਦੇ ਹਾਂ ਕਿ ਤੁਹਾਨੂੰ ਵੀਡੀਓ ਚੰਗੀਆਂ ਲੱਗਦੀ ਹੋਣਗੀਆਂ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕਮੈਂਟ ਜਰੂਰ ਕਰੋ ਚਲੋ ਜੀ ਮਿਲਦੇ ਹਾਂ ਨੈਕਸਟ ਵੀਡੀਓ ਸਤਿ ਸ਼੍ਰੀ ਅਕਾਲ ਜੀ